ਆਏ ਚੋਰ ਆ ਜੀ ਤਿੰਨੇ ਜਣੇ ਸਾਡੇ ਸਾਰੇ ਪਿੰਡਾਂ ਚੋਂ ਵਧਾਈਆਂ ਚੋਰੀ ਚੱਕਦੇ ਆ ਆ ਜਿਹੜਾ ਆ ਪੁਲਿਸ ਵਾਲੇ ਜਿਹੜੇ ਚੱਲੇ ਆ ਚੋਰ ਨੂੰ ਲੈ ਕੇ ਇਹ ਸਾਡੇ ਚੰਗੇ ਭਲੇ ਸਵਾਈ ਜੋ ਵੀ ਸਾਡੀ ਸੋਸਾਇਟੀ ਹੈ ਇਹ ਖਰਾਬ ਕਰ ਰਹੇ ਆ ਇਹਨਾਂ ਨੂੰ 5-6 ਸਾਲ ਹੋ ਗਏ ਇਹ ਚਿੱਟਾ ਵੇਚਦੇ ਆ ਨਾਲੇ ਲਿਆਉਂਦੇ ਆ ਕਰਕੇ ਸਾਨੂੰ ਜਨਾਬ ਸਾਡੀ ਇੱਜ਼ਤ ਹਾਲ ਦੇਖੋ पुलिस की गिरफ्त च तुरे आउंदे जिहड़े बंदिआं नूं तुसीं देख रहे हो यह तीनों वह व्यक्ति ने जिहड़े करफ्यू च वी लोकां दे घरां च जाके वधाइयां मंगण दा काम करदे सी हुण तुसीं सोच रहे होवोगे कि असीं इन्हां नूं व्यक्ति क्यों कह रहे हां असीं तुहानूं दस दईए कि यह लोग नकली खुसरे बन के शहर फरीदकोट की बलवीर कलोनी च घूम के वधाइयां मंग रहे सी जिन्हां नूं असली महंता ने फड़ के पुलिस दे हवाले कीता मेरा नाम गौरी महंत फरीदकोट दी जी अज की तुसीं किन्हां नूं फड़िया हैगा अज असीं ਚੋਰਾਂ ਨੂੰ ਫੜਿਆ ਜੀ ਜੋ ਕਿ ਮਹੰਤਾਂ ਦੇ ਰੂਪ ਦੇ ਵਿੱਚ ਚੋਰ ਚੋਰੀਆਂ ਕਰ ਕਰਕੇ ਅਤੇ ਵਧਾਈਆਂ ਲੈਂਦੇ ਸੀਗੇ ਸਾਡੀਆਂ 12-13 ਮਾਈਆਂ ਹੈ ਜਿਨ੍ਹਾਂ ਦੇ ਅੱਡੋ ਅੱਡ ਇਲਾਕੇ 'ਚੋਂ ਇਹ ਵਧਾਈਆਂ ਲੈ ਚੁੱਕੇ ਆ ਮੁਕਤਸਰ ਵਾਲਿਆਂ ਤੋਂ ਕੋਟਕਪੂਰੇ ਤੋਂ ਅਤੇ ਸੀਮਾ ਮਹੰਤ ਦੀਆਂ ਕੋਟਕਪੂਰੇ ਤੋਂ ਲੈ ਚੁੱਕੇ ਆ ਵਧਾਈਆਂ ਅੱਜ ਅਖੀਰੀ ਅਸੀਂ ਇਹਨੂੰ ਚੋਰੀ ਕਰਦੇ ਰੰਗੇ ਹੱਥੀਂ ਪਕੜ ਲਿਆ ਪਕੜ ਕੇ ਅਸੀਂ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਇਹਨੂੰ ਇਹ ਜਿਹੜਾ ਹੈਗਾ ਮਹੰਤ ਨਹੀਂ ਹੈਗੇ ਹੈ ਤਾਂ ਮਹੰਤੀ ਹੈ ਪਰ ਉਵੇਂ ਹੀ ਬਸ ਵੀ ਡੁਪਲੀਕੇਟ ਹੀ ਆ ਜਦੋਂ ਕੋਈ ਇਹਦਾ ਅੱਗੇ ਪਿੱਛੇ ਹੈ ਨਹੀਂ ਗਾ ਜੀ ਕੋਈ ਵੀ ਕੋਈ ਵਾਲੀ ਵਾਰਸ ਨਹੀਂ ਕੋਈ ਕੁਝ ਨਹੀਂ ਇਹਦਾ ਕੋਈ ਗੁਰੂ ਨਹੀਂ ਇਹਦਾ ਕੋਈ ਕੁਝ ਨਹੀਂ ਅਗਰ ਇਹਦਾ ਕੋਈ ਗੁਰੂ ਹੈ ਤਾਂ ਫਿਰ ਅੱਜ ਸਾਹਮਣੇ ਆਵੇ ਨਾ ਸਾਡੇ ਸਾਹਮਣੇ ਦੱਸੇ ਵੀ ਮੇਰਾ ਚੇਲਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਹੈ ਲਵਲੀ ਮਹੰਤ ਕਲਵੀਰ ਬਸਤੀ ਗਲੀ ਨੰਬਰ 7 ਫਰੀਦਕੋਟ ਅੱਜ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਹੈ ਜੀ ਜਨਾਬ ਇਹਨਾਂ ਨੂੰ 5-6 ਸਾਲ ਹੋ ਗਏ ਇਹ ਚਿੱਟਾ ਵੇਚਦੇ ਆ ਨਾਲੇ ਲਿਆਉਂਦੇ ਆ ਅਸੀਂ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰੇ ਦੇ ਜਿੰਨੇ ਵੀ ਮਹੰਤ ਆ ਅਸੀਂ ਬਹੁਤ ਪਰੇਸ਼ਾਨੀ ਹੈ ਜੀ ਸਾਨੂੰ ਆਪਦੀ ਇੱਜ਼ਤ ਤੋਂ ਲੱਗਦਾ ਡਰ ਕੱਲ੍ਹ ਨੂੰ ਇਹੋ ਜਿਹੇ ਕਿਹਦੇ ਚੋਰੀ ਕਰਨ ਕਿਹਦੇ ਡਾਕਾ ਮਾਰਨ ਸਾਨੂੰ ਮਹੰਤਾਂ ਨੂੰ ਪਰੇਸ਼ਾਨ ਕੀਤਾ ਜਾਵੇ ਇਸ ਕਰਕੇ ਸਾਨੂੰ ਜਨਾਬ ਸਾਡੀ ਇੱਜ਼ਤ ਹੱਲ ਦੇਖੋ ਸਾਨੂੰ ਇਸ ਗੱਲ ਤੋਂ ਬਚਾਓ ਸਾਡਾ ਛੁਟਕਾਰਾ ਕਰਵਾਓ ਜਨਾਬ ਜੀ ਨਕਲੀ ਖੁਸਰਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਨਕਲੀ ਖੁਸਰਿਆਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕਰਕੇ ਸੱਚਾਈ ਦਾ ਪਤਾ ਲਗਾਇਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਰਾਊਂਡ ਅਪ ਕੀਤਾ ਗਿਆ ਤੇ ਵਧਾਈਆਂ ਮੰਗ ਰਹੇ ਇਹਨਾਂ ਦੀਆਂ ਹਾਂਜੀ ਹਾਂ ਵੈਰੀਫਾਈ ਕਰਕੇ ਉਹਦੇ ਬਾਅਦ ਅਗਲੀ ਕਾਰਵਾਈ ਹੋਣੀ ਹੈ ਇਹ ਮੰਤ ਨਹੀਂ ਹੈਗੇ ਇਹ ਤਾਂ ਹਲੇ ਵੈਰੀਫਾਈ ਕਰਾਂਗੇ ਨਾ ਉਹ ਬਾਅਦ ਪਤਾ ਲੱਗੇਗਾ ਪੁਲਿਸ ਜਾਂਚ ਤੋਂ ਬਾਅਦ ਫੜੇ ਗਏ ਇਹਨਾਂ ਨਕਲੀ ਖੁਸਰਿਆਂ ਕੋਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ